ਸਤਿ ਸ਼੍ਰੀ ਅਕਾਲ ਜੀ। ਆਪਾਂ ਇੱਕ ਛੋਟੀ ਜਾਣਕਾਰੀ ਲੈ ਕੇ ਆਏ ਹਾਂ। ਜਿਸ ਤਰ੍ਹਾਂ ਆਪਾਂ ਸਾਰੇ ਘਰਾਂ 'ਚ ਸਿਲੰਡਰ ਵਰਤਦੇ ਹਾਂ, ਆਪਾਂ ਗਰੀਬ ਅਮੀਰ ਸਭ ਦੇ ਘਰ ਸਿਲੰਡਰ ਨੇ, ਕਿਸੇ ਦੇ ਘਰ ਆਪਾਂ ਦੇਖਿਆ 4-4, 6-6, 10 ਸਿਲੰਡਰ ਵੀ ਹੈਗੇ ਨੇ। ਅਤੇ ਰੋਜ਼ ਆਪਾਂ ਨੈੱਟ 'ਤੇ ਵੀ ਦੇਖਦੇ ਹਾਂ ਅਤੇ ਟੀ ਵੀ ਚੈਨਲ ਵੀ ਦੇਖਦੇ ਹਾਂ, ਜਿਹੜੇ ਬਹੁਤ ਸਾਰੇ ਹਾਦਸੇ ਸਿਲੰਡਰਾਂ ਨਾਲ ਹੋ ਰਹੇ ਨੇ, ਕਿਤੇ ਗੈਸ ਲੀਕ ਨਾਲ, ਜਿਸ ਤਰ੍ਹਾਂ ਵੀ ਹੁੰਦੇ ਤੁਸੀਂ ਦੇਖ ਰਹੇ ਹੋ। ਅਤੇ ਆਪਾਂ ਇਹ ਹਾਦਸਿਆਂ ਨੂੰ ਜੇ ਥੋੜ੍ਹਾ ਜਿਹਾ ਬਚਾਅ ਕਰੀਏ ਤਾਂ ਆਪਾਂ ਇਹਨੂੰ ਟਾਲ ਸਕਦੇ ਹਾਂ। ਅਤੇ ਉਹ ਬਚਾਅ ਕੀ ਨੇ, ਆਪਾਂ ਇਹ ਜਾਣਕਾਰੀ ਆਪਾਂ ਤੁਹਾਨੂੰ ਦੇ ਰਹੇ ਹਾਂ। ਅਤੇ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ, ਇਹਦੇ ਉੱਪਰ ਆਹ ਸਿਲੰਡਰ ਪੈਂਦਾ ਆਪਣੇ ਕੋਲ। ਅਤੇ ਇਹਦੇ ਉੱਪਰ ਜਿਵੇਂ ਇਸਦੇ ਉੱਪਰ 15.8 ਲਿਖਿਆ ਇਹ, ਅਤੇ ਇੱਧਰ 16.3 ਲਿਖਿਆ, ਅਤੇ ਆਹ ਇਹਦੇ ਉੱਪਰ 15.7 ਲਿਖਿਆ। ਇਹ ਕੀ ਹੈ, ਇਹ ਇਸ ਲੋਹੇ ਦਾ ਵਜਨ ਹੈ, ਸਿਲੰਡਰ ਦਾ ਵਜਨਾ, ਖਾਲੀ ਸਿਲੰਡਰ ਦਾ ਵਜਨਾ ਹੈ। ਇਹ ਸਿਲੰਡਰਾਂ ਵਿੱਚ ਕੀ ਹੈ, 14 ਕਿਲੋ ਗੈਸ ਹੁੰਦੀ ਹੈ। ਆਪਾਂ ਇਸ ਵਜਨ ਦੇ ਵਿੱਚ 14 ਕਿਲੋ ਗੈਸ ਪਲੱਸ ਕਰਕੇ ਆਪਾਂ ਇਹ ਸਿਲੰਡਰ ਤੋਰ ਕੇ ਵੀ ਲੈ ਸਕਦੇ ਹਾਂ, ਜਾਂ ਤੁਹਾਡੀ ਇਹ ਨੌਲੇਜ ਵਾਸਤੇ ਸਿਰਫ। ਦੂਜਾ ਕੀ ਹੈ, ਆਪਾਂ ਇਹਦੀ ਐਕਸਪਾਇਰੀ ਡੇਟ ਆਪਾਂ ਕਿਵੇਂ ਪਤਾ ਕਰਾਂਗੇ, ਵੀ ਇਹਦੀ ਜਿਹੜੀ ਡੇਟ ਨੂੰ ਐਕਸਪਾਇਰੀ ਆ ਗਈ, ਜਾਂ ਇਹ ਹੁਣ ਦਾ ਟੁੱਟਣ ਦਾ ਜਾਂ ਕੁਛ ਵੀ, ਕਦ ਤੱਕ ਸੇਫ ਹੈ ਆਪਾਂ ਨੂੰ। ਜਿਸ ਤਰ੍ਹਾਂ ਤੁਸੀਂ ਆਹ ਦੇਖੋ, ਇਹਦੇ ਉੱਪਰ ਲਿਖਿਆ, ਆਹ ਲਿਖਿਆ ਇਹਦੇ ਉੱਪਰ A27, A27 ਇੱਥੇ ਆ ਲਿਖਿਆ C24, ਅਤੇ ਇੱਧਰ ਲਿਖਿਆ D26। ਇਹ ਕੀ ਨੇ, ਇਸੇ ਤਰ੍ਹਾਂ ਹੀ ਜਿਹੜੇ ਅਲਫਾਬੈਟ ਆ ਨਾ ABCD, ਇਹ ਆਪਾਂ ਨੂੰ ਕੀ ਦਰਸਾ ਰਹੇ ਨੇ, ਇਹ ਆਪਾਂ ਨੂੰ ਦਰਸਾ ਰਹੇ ਨੇ ਜਿਹੜਾ ਏ ਹੈ ਇਹਦੇ ਵਿੱਚ ਕੀ ਹੈ, ਤੁਹਾਨੂੰ ਇਹ ਜਨਵਰੀ, ਫਰਵਰੀ, ਮਾਰਚ ਤੱਕ, ਇਹ ਸਿਲੰਡਰ ਜਿਹੜਾ ਤੁਹਾਡਾ ਮਾਰਚ ਤੱਕ ਦਾ ਤੁਹਾਡਾ ਇਹਦੀ ਵੈਲਿਡਿਟੀ ਹੈ, ਉਹ ਤੱਕ ਆਪਣਾ ਵਰਤਣਾ ਸੇਫ ਹੈ। ਦੂਜਾ ਜਿਸ ਤਰ੍ਹਾਂ ਇਹਦੇ ਉੱਪਰ ਹੈ, ਇਹਦੇ ਉੱਪਰ ਕੀ ਲਿਖਿਆ, ਆਹ C24 ਹੈ, ਇਹ ਤੁਹਾਡਾ ਕੀ ਹੈ, ਅਪ੍ਰੈਲ, ਮਈ, ਜੂਨ, ਜਾਣੀ ਜੇ ਆਪਾਂ ਅੱਜ ਇਹ ਸਿਲੰਡਰ ਭੁਲਾ ਕੇ ਰੱਖਦੇ ਹਾਂ, ਆਪਾਂ ਜੂਨ ਤੋਂ ਪਹਿਲਾਂ ਨੂੰ ਵਰਤ ਲਈਏ, ਉਹ ਤੱਕ ਸੇਫ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਇਹਦੇ ਉੱਪਰ ਲਿਖਿਆ, ਇਹ 'ਤੇ ਕੀ ਲਿਖਿਆ, D26 ਲਿਖਿਆ। D26, D ਦਾ ਮਤਲਬ ਕੀ ਹੈ, ਦਸੰਬਰ ਤੱਕ ਦਾ। ਇਸ ਤਰ੍ਹਾਂ ਹੁਣ ਤੁਹਾਨੂੰ ਮੈਂ ਦੱਸਾਂ, ਏ ਬਾਰੇ, ਏ ਦਾ ਹੈਗਾ ਮਾਰਚ ਤੱਕ, ਬੀ ਹੈਗਾ ਅਪ੍ਰੈਲ, ਮਈ, ਜੂਨ, ਅਤੇ ਇਸ ਤਰ੍ਹਾਂ ਸੀ ਹੈਗਾ ਜੁਲਾਈ, ਅਗਸਤ, ਸਤੰਬਰ, ਜਿਵੇਂ ਡੀ ਹੈ ਇਹ ਹੋ ਗਿਆ ਅਕਤੂਬਰ, ਨਵੰਬਰ, ਦਸੰਬਰ। ਇਹ ਆਪਾਂ ਨੂੰ ਇੱਕ ਸਾਲ ਦੇ ਜਿਹੜੇ 4 ਨੇ ਅਲਫਾਬੈਟ ਨੇ, ਆਪਾਂ ਨੂੰ ਇਹੀ ਦਰਸਾ ਰਹੇ ਨੇ ABCD। ਆਹ ਜਿਹੜੇ ਉੱਪਰ ਫਿਗਰ ਲਿਖੇ ਨੇ, 24 ਹੈ, 26 ਹੈ, 27 ਹੈ, 28 ਹੈ, ਜੋ ਵੀ ਲਿਖੇ ਨੇ, ਇਹ ਕੀ ਕਰਦੇ ਨੇ, ਇਹ ਆਪਣੀ ਇੰਡੀਕੇਟ ਕੀ ਕਰ ਰਹੇ ਨੇ, ਸਾਲ 2026, 2024, 2027 ਜੋ ਵੀ ਹੈ। ਆਪਾਂ ਇਹਨੂੰ ਅਲਫਾਬੈਟ ਨਾਲ ਮੈਚ ਕਰਕੇ ਕਿ ਇਹ ਸਾਡੇ ਕੋਲ ਮਾਰਚ 27 ਤੱਕ ਦਾ, ਇਹ ਆਪਣੇ ਕੋਲ ਜੂਨ, ਜਿਸ ਤਰ੍ਹਾਂ ਹੁਣ ਆਹ ਲਿਖਿਆ C24 ਲਿਖਿਆ, ਇਹ ਕਦ ਤੱਕ ਦਾ ਹੋ ਗਿਆ ਆਪਣੇ ਕੋਲ, ਇਹ ਆਪਣੇ ਕੋਲ 24 ਜੂਨ ਤੱਕ ਦਾ। ਉਸ ਤੋਂ ਬਾਅਦ ਕਈ ਵਾਰੀ ਹੁੰਦਾ ਆਪਾਂ 4-4, 6 ਸਿਲੰਡਰ ਘਰੇ ਭਰਾ ਕੇ ਰੱਖ ਲੈਂਦੇ ਹਾਂ, ਬਾਕੀ ਸਿਲੰਡਰ ਵਰਤਦੇ ਰਹਿੰਦੇ ਹਾਂ, ਹੋਰ ਭਰਾ ਲੈਂਦੇ ਹਾਂ। ਇਸ ਤਰ੍ਹਾਂ ਜਿਵੇਂ ਇਹ ਸਿਲੰਡਰ ਮੰਨ ਲਓ ਪਿਆ ਰਹਿੰਦਾ ਆਪਣੇ ਕੋਲ, ਇਹ ਕੀ ਹੈ, ਜੂਨ ਤੱਕ ਹੈ, ਸੇਫ ਹੈ, ਇਹਨੂੰ ਵਰਤ ਸਕਦੇ ਆਪਾਂ। ਉਸ ਤੋਂ ਬਾਅਦ ਦਾ ਖਤਰਾ ਹੈ, ਇਹ ਫਿਰ ਲੀਕ ਹੋ ਜਾਂਦੇ। ਲੀਕ ਕਿੱਥੋਂ ਹੁੰਦੇ ਨੇ, ਜਿਸ ਤਰ੍ਹਾਂ ਥੱਲੇ ਜੋੜ ਨੇ, ਇਹ ਜੋੜਾਂ ਵਿੱਚ ਲੀਕ ਹੋ ਜਾਂਦੇ, ਆਪਾਂ ਨੂੰ ਪਤਾ ਨਹੀਂ ਲੱਗਦਾ। ਤੁਸੀਂ ਦੇਖਿਆ ਨਾ ਪਿੱਛੇ ਜੇ ਇੱਕ ਹਾਦਸਾ ਹੋਣ ਲੱਗੇ ਦਿੱਲੀ ਦੇ ਵਿੱਚ, ਉਹ ਇੱਥੋਂ ਲੀਕ ਨਾ ਬੰਦ ਹੋਵੇ ਛੇਤੀ, ਆਹ ਲੀਕ ਨਾ ਸਮਝਿਓ ਕੋਈ ਵੀ, ਜਿਸ ਤਰ੍ਹਾਂ ਇੱਥੋਂ ਲੀਕ ਹੁੰਦੇ ਨੇ, ਇਹ 'ਚ ਤੱਕ ਰਬੜ ਦਾ ਰਿੰਗ ਪੈ ਜਾਂਦਾ, ਇਹ ਲੀਕ ਬੰਦ ਹੋ ਜਾਂਦੇ ਆ, ਉਹ ਲੀਕਿੰਗ ਬੰਦ ਨਹੀਂ ਹੁੰਦੀ ਕਦੇ ਵੀ। ਇਸ ਕਰਕੇ ਆਪਾਂ ਇਹਨੂੰ ਐਕਸਪਾਇਰੀ ਡੇਟ ਤੋਂ ਪਹਿਲਾਂ ਜਦੋਂ ਆਪਾਂ ਨੂੰ ਪਤਾ ਪੜੇ ਕਿ ਸਿਲੰਡਰ ਪਿਆ, ਇਹ ਆਪਾਂ ਏਜੰਸੀ ਵਾਲਿਆਂ ਨਾਲ ਚੇਂਜ ਵੀ ਕਰ ਸਕਦੇ ਹਾਂ, ਉਹ ਕਰ ਦਿੰਦੇ ਆ। ਅਤੇ ਆਪਾਂ ਉਸ ਜਦੋਂ ਲੈਂਦੇ ਹਾਂ ਸਿਲੰਡਰ, ਜਿਸ ਆਪਾਂ ਘਰ, ਜਿਸਦੇ ਘਰ ਦੇ ਜ਼ਿਆਦਾ ਸਿਲੰਡਰ ਦੀ ਵਰਤੋਂ ਹੁੰਦੀ ਆ ਘਰ 'ਚ, ਕੋਈ 10 ਸਿਲੰਡਰ ਭਰਾ ਕੇ ਰੱਖਦੇ ਆਪਾਂ, ਉਹਨਾਂ ਨੂੰ ਜ਼ਰੂਰ ਇਹ ਚੀਜ਼ ਦੇਖਣਾ ਚਾਹੀਦਾ, ਜਿਹੜੇ ਸਟੋਰ ਸਿਲੰਡਰ ਪਏ ਨੇ ਉਹਨਾਂ ਦੀ ਡੇਟ ਐਕਸਪਾਇਰੀ ਕਦ ਤੱਕ ਹੈ, ਤਾਂ ਕਿ ਕੋਈ ਇਹੋ ਜਿਹਾ ਹਾਦਸਾ ਨਾ ਹੋਵੇ। ਆਪਾਂ ਇਹ ਛੋਟੀ ਜਾਣਕਾਰੀ ਨਾਲ ਹੀ ਆਪਾਂ ਵੱਡੇ ਵੱਡੇ ਹਾਦਸੇ, ਦੁਰਘਟਨਾਵਾਂ ਜਿਹੜੀਆਂ ਬਚ ਸਕਦੀਆਂ, ਉਹ ਘੱਟ ਸਕਦੀਆਂ, ਇਹਦੇ ਨਾਲ ਆਪਾਂ ਬਚੀਏ ਇਹਦੇ ਉੱਪਰ। ਆਪਾਂ ਇਹ ਛੋਟੀ ਜਾਣਕਾਰੀ ਤੁਹਾਨੂੰ ਇਸ ਕਰਕੇ ਦਿੱਤੀ ਹੈ ਤਾਂ ਕਿ ਆਪਾਂ ਸਾਰੇ ਜਾਗਰੂਕ ਹੋਈਏ, ਅਤੇ ਆਪਾਂ ਇਹਨੂੰ ਅੱਗੇ ਫਾਰਵਰਡ ਕਰੀਏ ਤਾਂ ਕਿ ਹੋਰ ਲੋਕ ਜਾਗਰੂਕ ਹੋਣ, ਅਤੇ ਆਪਾਂ ਵੀ ਆਪਣੇ ਘਰ 'ਚ ਇਹ ਚੀਜ਼ ਨੂੰ ਧਿਆਨ ਦੇਈਏ ਇਹਦੇ ਉੱਪਰ। ਅਤੇ ਇੰਨਾ ਕਹਿੰਦਾ ਤੁਹਾਡੇ ਸਾਰਿਆਂ ਤੋਂ ਖਿਆਲ ਮੰਗਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।